ने अभी रिसेंटली भी पाँच वारदात की थी कि 307 दी FIR हुई है, उस तो पहला भी होशियारपुर में खन्ने में भी इन्होंने काफ़ी एफ इन्ह की टीम इन्हों मगर लगी हुई थी एंड तीन बंदे असी ऑलरेडी रेस्ट कर चुके हैं। लुधियाना के माछीवाड़ा रोड स्थित पिंड पंजेटा च पुलिस अते लुटेरियां विचाले होए मुकाबले दौरान एक लुटेरा पुलिस ने ढेर कर दिता। इत्थे भी दस दिए कि लुधियाना च एक मनी एक्सचेंजर तो लखां रुपए की लुट की वारदात नूं इन्हां लुटेरियां ने अंजाम दिता सी अते पुलिस ने हुण इन्हां दा पिछा कीता सी, जिसके चलदिआं CIA 3 की टीम ने इन्हां नूं रोकण की कोशिश की। तो यह लुधियाना माछीवाड़ा रोड से पेंदे पिंड पंजेटा नेड़े पुलिस से ही गोलियां चलाउन लगे, जिस तो बाद पुलिस ने जवाबी कार्रवाई के चलदिया एक नूं ढेर कर दिता। उधर पुलिस कमिश्नर ने इस संबंधी जानकारी सांझी की है। इत्थे भी दस दिए कि एक पुलिस मुलाजम भी जख्मी होया है। ਕੋਈ ਗੱਲ ਨਹੀਂ ਰੈਡੀ ਹੈ ਰੈਡੀ 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 ਸਰ ਇਹ ਕੀ ਮਾਮਲਾ ਹੋਇਆ ਜੇ ਇਨਕਾਊਂਟਰ ਕੀਤਾ ਗਿਆ ਹੈ ਦੇਖੋ ਜੀ ਮਾਨਯੋਗ CM ਸਾਹਿਬ ਵੱਲੋਂ ਇਹ ਸਖਤ ਹਿਦਾਇਤ ਹੈ ਕਿ ਪੰਜਾਬ 'ਚ ਜਿਹੜਾ ਗੈਂਗਸਟਰ ਬਾਂਡ ਹੈ ਉਹਨੂੰ ਖਤਮ ਕਰਨਾ ਹੈ ਐਂਡ ਉਹਦੇ ਤਹਿਤ ਪੁਲਿਸ ਪਾਰਟੀ ਇਹ ਗੈਂਗ ਦੇ ਪਿੱਛੇ ਕਾਫੀ ਟਾਈਮ ਤੋਂ ਲੱਗੀ ਹੋਈ ਸੀਗੀ ਔਰ ਇਹਨਾਂ ਨੇ ਕਾਫੀ ਵਾਰਦਾਤ ਨੂੰ ਪਿੱਛੇ ਅੰਜਾਮ ਦਿੱਤਾ ਸੀਗਾ, ਕਾਫੀ ਬੰਦਿਆਂ ਨੂੰ ਗੋਲੀ ਮਾਰ ਕੇ ਇਹਨਾਂ ਨੇ ਲੁੱਟਿਆ ਸੀਗਾ। ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ DCPR ADCP4 ਐਂਡ CIA ਬੇਅੰਤ ਸਿੰਘ ਇਹਨਾਂ ਦੀ ਟੀਮ ਇਹਨਾਂ ਦੇ ਮਗਰ ਲੱਗੀ ਹੋਈ ਸੀਗੀ ਐਂਡ ਤਿੰਨ ਬੰਦੇ ਅਸੀਂ ਆਲਰੇਡੀ ਅਰੈਸਟ ਕਰ ਚੁੱਕੇ ਹਾਂ ਐਂਡ ਜਿਹੜਾ ਚੌਥਾ ਇਹ ਵਿੱਕੀ ਸੁਖਦੇਵ ਐਲੀਅਸ ਵਿੱਕੀ ਸੀਗਾ ਇਹਨੂੰ ਵੀ ਪੁਲਿਸ ਪਾਰਟੀ ਚੇਜ਼ ਕਰ ਰਹੀ ਸੀਗੀ, ਕਾਫੀ ਡੈਸਪਰੇਟਡ ਕ੍ਰਿਮੀਨਲ ਸੀਗਾ। ਜਦੋਂ ਇਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ 'ਤੇ ਫਾਇਰ ਕੀਤਾ ਐਂਡ ਸਾਡਾ ਇੱਕ SI ਦਲਜੀਤ ਸਿੰਘ ਆ ਉਹ ਜ਼ਖਮੀ ਹੋਇਆ। ਪੁਲਿਸ ਨੇ ਆਪਣੇ ਬਚਾਓ ਪਕਸ ਮੇ ਜਿਹੜਾ ਕਰੋਸ਼ ਫਾਇਰ ਕੀਆ, ਕਰੋਸ਼ ਫਾਇਰਿੰਗ ਦੇ ਦੌਰਾਨ ਉਹ ਮੌਕੇ 'ਤੇ ਨਿਊਟਰਲਾਈਜ਼ ਸਰ ਇਸ ਤੋਂ ਪਹਿਲੇ ਕਿੰਨੇ ਮਾਮਲੇ ਦਰਜ ਹੈ? ਕਾਫੀ ਮਾਮਲੇ ਜਿਹਦੇ 25 ਤੋਂ ਜ਼ਿਆਦਾ ਇਹਨਾਂ ਦੇ 25 ਤੋਂ 28 ਇਹਨਾਂ ਦੇ ਉੱਪਰ FIR। ਸਰ ਲੁਧਿਆਣਾ ਮੇਂ ਇਹਨਾਂ ਨੇ ਕੌਣ ਕੌਣ ਸੀ ਵਾਰਦਾਤ ਕੀ? ਇਹਨਾਂ ਨੇ ਅਭੀ ਰੀਸੈਂਟਲੀ ਵੀ ਚਾਰ ਪੰਜ ਵਾਰਦਾਤ ਕੀਤੀ ਹੈਗੀ, 307 ਦੀ FIR ਹੋਈ ਹੈ, ਉਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਮੇਂ ਖੰਨੇ ਮੇਂ ਵੀ ਇਹਨਾਂ ਦੇ ਕਾਫੀ FIR। ਸਰ CIA ਇੰਚਾਰਜ ਬੇਅੰਤ ਜੀ ਕੇ ਵੀ ਪਤਾ ਚੱਲਾ ਕਿ ਗੋਲੀ ਲੱਗੀ ਸੀ? ਉਹ ਫੋਰਚੂਨੇਟਲੀ ਮਤਲਬ ਉਹਨਾਂ ਨੇ ਬੁਲੇਟ ਪਰੂਫ ਜੈਕਟ ਪਹਿਨੀ ਹੋਈ ਸੀਗੀ, ਇੱਕ ਫਾਇਰ ਸਿੱਧਾ ਉਹਨਾਂ ਦੇ ਆ ਕੇ ਸਿੱਧਾ ਬੁਲੇਟ ਪਰੂਫ ਜੈਕਟ ਦੇ ਚੈਸਟ 'ਤੇ ਲੱਗਿਆ। ਸਰ ਇਹ ਮੱਛੀਵਾੜੇ ਦਾ ਰਹਿਣ ਵਾਲਾ। ਅੱਛਾ, ਮੱਛੀਵਾੜੇ ਪ੍ਰੋਪਰ ਜਾਂ ਇਹਦੇ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ? ਤਕਰੀਬਨ ਮਤਲਬ ਹਜੇ ਤੋਂ ਨਹੀਂ ਕਹਿ ਸਕਦੇ, ਉਹ ਤਾਂ ਫੋਰੈਂਸਿਕ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਹੀ ਕਹਿ ਸਕਦੇ। ਤਕਰੀਬਨ 18 ਤੋਂ 20 ਦੋਨੋਂ ਤਰਫ ਤੋਂ ਫਾਇਰ ਹੋਏ ਸਰ, ਜੋ ਅਜੇ ਤੱਕ ਮੌਕੇ ਦੇ ਮੁਤਾਬਿਕ ਜੋ ਲੱਗਦਾ। ਇਹਦੇ ਕੋਲੇ ਕਿਹੜਾ ਵੈਪਨ ਸੀ ਸਰ? ਇਹਦੇ ਕੋਲੇ ਵੈਪਨ ਹੈ ਉਹ 32 ਬੋਰ ਦਾ ਹੈਗਾ, ਬਾਕੀ ਫੋਰੈਂਸਿਕ ਦੀ ਟੀਮ ਆਈ ਹੈ ਉਹ ਜਾਂ ਉਸ ਤੋਂ ਬਾਅਦ ਹੀ ਸਾਰੀ ਡਿਟੇਲ ਦੱਸ ਪਾਉਂਗਾ। ਸਰ ਕੋਈ ਗ੍ਰਿਫਤਾਰੀ ਵੀ ਹੋਈ? ਹਾਂ, 3 ਗ੍ਰਿਫਤਾਰੀਆਂ ਹੋਈਆਂ ਜੀ ਉਹਨੇ ਦੀ। ਸਰ ਸੁਣ ਕੇ ਕੀ ਨਾਮ ਹੈ ਜੋ 3 ਗ੍ਰਿਫਤਾਰ? ਉਹ ਅਸੀਂ ਤਾਂ ਤੁਹਾਨੂੰ ਲੇਟਰ ਔਨ ਰਿਵੀਲ ਕਰਾਂਗੇ ਜੀ। ਉਹ ਕਿੰਨੇ ਰਾਊਂਡ ਫਾਇਰਿੰਗ ਹੋਈ ਹੈ? ਤਕਰੀਬਨ ਦੋਨੋਂ ਸਾਈਡ ਤੇ ਮੈਂ ਦੱਸਿਆ ਕਿ ਜੋ ਮੌਕੇ ਦੇ ਮੁਤਾਬਿਕ ਹੈ 18 ਤੋਂ 20 ਰਾਊਂਡ ਫਾਇਰ ਹੋਏ। ਠੀਕ ਹੈ, ਥੈਂਕ ਯੂ।